ਬੈਕ ਟੂ ਮਾਈ ਨਿਊ ਮਿਨੀ ਬਲੌਗ ਤੇ ਅੱਜ ਮੈਂ ਹੋ ਗਈਆਂ ਰੈਡੀ ਰੈਡੀ ਨਹੀਂ ਹੋਈ ਪਾਏ ਦਾ ਘਰ ਦੇ ਹੀ ਕੱਪੜੇ ਆ ਤੇ ਆਪਣਾ ਟਰੈਕਸੂਟ ਪਾ ਲਿਆ ਤੇ ਉਸ ਤੋਂ ਬਾਅਦ ਫਿਰ ਮੈਂ ਚੇਂਜ ਕਰ ਲਈ ਸੀਗੀ ਲੋਰ ਤੇ ਉਸ ਤੋਂ ਬਾਅਦ ਪਾ ਲਈ ਸੀਗੀ ਖੁੱਲੀ ਜੀ ਪੈਂਟ ਕਿਉਂਕਿ ਅੱਜ ਚੱਲੇ ਸੀ ਘਰ ਦਾ ਰਾਸ਼ਨ ਲੈਣ ਦੇ ਲਈ ਖਤਮ ਹੋ ਗਿਆ ਸੀ ਕੰਮ ਕਮ ਕਰ ਲਈ ਸੀ ਮੈਂ ਖਤਮ ਖਾਣਾ ਖੂਣਾ ਖਾ ਲਿਆ ਸੀਗਾ ਤੇ ਤਾਜਵਰਸ਼ ਦੀ ਛੁੱਟੀ ਸੀ ਇਸ ਲਈ ਉਹ ਵੀ ਮੇਰੇ ਨਾਲ ਚੱਲੇ ਸੀ ਤੇ ਇਸ ਲਈ ਤਾਜ ਨੇ ਕਰ ਲਈਆਂ ਸੀਗੀ ਆਪਣੀਆਂ ਗੱਲਾਂ ਗੁਲਾਬੀ ਤੇ ਵੰਚ ਲਗਿਆ ਹੋਇਆ ਸੀ ਇਹ ਪੂਰੇ ਹੈਰਾਨ ਹੋ ਕੇ ਉਹਨੂੰ ਦੇਖਣ ਦੇ ਲਈ ਇੰਨੇ ਜਿਹੇ ਸੋਚਾ ਦੇ ਵਿੱਚ ਪਿਆ ਸੀ ਇੰਨਾ ਜਿਆਦਾ ਖੁਸ਼ ਸੀ ਕਿ ਡਾਂਸ ਲੱਗੇ ਸੀ ਕਿ ਕਰਨ ਦੇ ਲਈ ਕਿਉਂਕਿ ਇਹਨਾਂ ਨੂੰ ਖੁਸ਼ੀ ਹੁੰਦੀ ਹੈ ਜਦ ਸਾਮਾਨ ਲੈਣਾ ਹੁੰਦਾ ਹੈ ਨਾ ਤੇ ਉਸ ਤੋਂ ਬਾਅਦ ਫਿਰ ਗੱਡੀ ਆ ਗਈ ਸੀ ਸਾਡੀ ਸੋਹਣੀ ਜਿਹੀ ਤੇ ਉੱਤੇ ਵਿੱਚ ਅਸੀਂ ਬੈਠ ਗਏ ਤੇ ਫਿਰ ਚਲੇ ਗਏ ਸੀਗੇ ਘਰ ਦਾ ਸਾਮਾਨ ਲੈਣ ਦੇ ਲਈ ਤੇ ਫਿਰ ਲੱਗੇ ਸੀ ਸ਼ਾਪਿੰਗ ਕਰਨ ਦੇ ਲਈ ਤੇ ਇਥੇ ਮੈਂ ਤੇ ਬੰਨੀ ਜੀ ਲੱਗੇ ਸੀਗੇ ਘਰ ਦਾ ਰਾਸ਼ਨ ਜਿਹੜਾ ਲਿਖਿਆ ਸੀਗਾ ਲਿਸਟ ਦੇ ਵਿੱਚ ਉਹੀ ਵਾਲਾ ਸਮਾਨ ਅਸੀਂ ਲੈਣਾ ਸੀਗਾ ਤੇ ਇਥੇ ਮੈਂ ਲਿਕਵਿਡ ਬੀਮ ਲਈ ਕੰਫਰਟ ਲਿਆ ਤੇ ਹਾਰਪਿਕ ਵਗੈਰਾ ਸਾਰਾ ਸਮਾਨ ਲੈ ਲਿਆ ਸੀਗਾ ਘਰ ਦਾ ਤੇ ਆਪਣਾ ਸਰਫੈਕਸਲ ਵਗੈਰਾ ਸੀਗਾ ਉਹ ਵੀ ਅਸੀਂ ਲੈ ਲਿਆ ਸੀਗਾ ਤੇ ਜਿਹੜਾ ਜਿਹੜਾ ਸਮਾਨ ਲਿਖਿਆ ਸੀ ਨਾ ਉਹ ਸਾਰਾ ਸਮਾਨ ਅਸੀਂ ਲੈ ਲਿਆ ਸੀਗਾ ਤੇ ਉਸ ਤੋਂ ਬਾਅਦ ਫੇਰ ਤਾਜ਼ਮਨਸ਼ੂ ਮੈਨੂੰ ਦਿਖਾਈ ਨਹੀਂ ਦੇ ਰਹੇ ਸੀਗੇ ਕਿ ਮੈਨੂੰ ਪਤਾ ਨਹੀਂ ਕਿੱਥੇ ਗਏ ਨੇ ਉਹ ਕਿਉਂਕਿ ਤੇ ਬਾਅਦ ਵਿੱਚ ਉਹਨਾਂ ਦਾ ਪਤਾ ਲੱਗਿਆ ਕਿ ਉਹ ਆਪਣਾ ਸਮਾਨ ਅਲੱਗ ਤੋਂ ਲੈਣ ਲੱਗ ਗਏ ਸੀਗੇ ਤੇ ਅਸੀਂ ਲੱਗੇ ਸੀਗੇ ਇੱਥੇ ਅਗਰਬੱਤੀਆਂ ਲੈਣ ਦੀ ਲਈ ਤੇ ਇੱਥੇ ਫਰੂਟਸ ਵਾਲੀਆਂ ਲੈਂਦੀਆਂ ਦੀ ਬਟ ਮੈਨੂੰ ਰੋਜ਼ ਵਾਲੀਆਂ ਸਹੀ ਲੈਣੀਆਂ ਸੀਗੀਆਂ ਉਹ ਲਈਆਂ ਤੇ ਫੇਰ ਮੈਂ ਲੱਗ ਗਈ ਸੀ ਤਾਜ਼ਮਨਸ਼ੂ ਦੇਖਣ ਤੇ ਉਹ ਆ ਗਏ ਸੀ ਤੇ ਆਪਣੀ ਅਲੱਗ ਟੋਕਰੀ ਲਾਗੇ ਉਹਦੇ 'ਚ ਸਮਾਨ ਭਰਨ ਲੱਗ ਗਏ ਸੀਗੇ ਤੇ ਜੋ ਜੋ ਉਹਨਾਂ ਨੇ ਖਾਣਾ ਸੀਗਾ ਤੇ ਉਹਨਾਂ ਨੂੰ ਇੰਨੀ ਜ਼ ਤੇ ਮੈਂ ਲਈ ਫਿਰ ਫਰਨਲ ਫਰਨਲ ਤੋਂ ਬਾਅਦ ਫਿਰ ਆ ਗਈ ਸੀ ਮੈਂ ਅਰਗਬਤੀਆਂ ਤੇ ਲਈ ਤੇ ਤੇ ਫਰੂਟਸ ਦੇ ਨਾਲ ਮੈਂ ਲਈਆਂ ਸੀ ਕਿ ਆ ਉਹ ਜਿਹੜੀਆਂ ਰੋਜ਼ ਵਾਲੀਆਂ ਨਾ ਇਹਨਾਂ ਦੀ ਫ੍ਰੈਗਰੈਂਸ ਹਨ ਜਿਹੜੀ ਬਹੁਤ ਵਧੀਆ ਹੁੰਦੀ ਹੈ ਤੇ ਇਹ ਵਾਲੀਆਂ ਲਈਆਂ ਦੋ ਤਿੰਨ ਇਕੱਟੀਆਂ ਲੈ ਲਈਆਂ ਸੀ ਆ ਤੇ ਕਿਉਂਕਿ ਇਹਨਾਂ ਦੀ ਲੋੜ ਪੈਂਦੀ ਰਹਿੰਦੀ ਆ ਤੇ ਉਸ ਤੋਂ ਬਾਅਦ ਫਿਰ ਲਿਆ ਸੈਂਸੋਡਾਈਨ ਤੇ ਤਾਜਵੰਤ ਚ ਦੀ ਕੋਲਗੇਟ ਜਿਹੜੀ ਉਹ ਯੂਜ਼ ਕਰਦੀ ਆ ਤੇ ਮੈਂ ਲਿੱਤੇ ਫਿਰ ਕੋਲਗੇਟ ਤੇ ਬਈ ਇਥੇ ਮੰਮੀ ਦੇ ਲਈ ਮੈਂ ਲਈ ਤੀ ਸੀ ਕਿ ਨੀਵਿਆ ਜਿਹੜੀ ਕਰੀਮ ਆ ਉਹ ਤੇ ਉਹਨਾਂ ਦੇ ਲਈ ਕਲਰ ਸੀ ਜਿਹੜੇ ਉਹ ਚਾਹੀਦੇ ਸੀਗੇ ਉਹ ਲੈ ਲਏ ਸੀਗੇ ਤਾਜਮਨ ਸ਼ਾਪਨਾ ਪੂਰੀ ਟੋਕਰੀ ਭਰੀ ਸੀ ਨੀਵ ਮੁੱਝ ਲੱਗਈ ਹੋਈ ਸੀ ਉਹਨਾਂ ਨੂੰ ਤੇ ਆਪਣਾ ਸਾਰਾ ਸਮਾਨ ਉਹਨਾਂ ਨੇ ਭਰ ਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਔਰਡਰ ਨਹੀਂ ਲਈ ਔਰੇਂਜ ਵਾਲੀ ਲੈ ਲਈ ਤੇ ਇੱਥੇ ਮੈਂ ਲੱਗ ਗਈ ਸੀ ਆਪਣੇ ਸ਼ੈਂਪੂ ਦੇਖਣ ਦੇ ਲਈ ਜਿਹਦੇ ਨਾਲ ਇੱਕ ਸ਼ੈਂਪੂ ਮਿਲ ਰਿਹਾ ਸੀ ਇੱਕ ਕੰਡੀਸ਼ਨਰ ਮਿਲ ਰਿਹਾ ਸੀਗਾ ਤਾਂ ਕਰਕੇ ਮੈਂ ਦੋਹੇ ਜਿਹੜਾ ਦਾ ਸੈੱਟ ਸੀਗਾ ਉਹ ਲੈ ਆ ਤੇ ਉਸ ਤੋਂ ਬਾਅਦ ਸਾਰਾ ਸਮਾਨ ਲੈਣ ਤੋਂ ਬਾਅਦ ਫਿਰ ਅੱਗੇ ਸੀਗੇ ਸੇ ਕਾਊਂਟਰ ਤੇ ਕਾਊਂਟਰ ਦੇ ਉੱਤੇ ਫਿਰ ਹੋਰ ਲ ਬਟ ਉਹ ਹੈ ਨਹੀਂ ਸੀ ਕਿ ਖਤਮ ਹੋ ਗਿਆ ਸੀ ਤੇ ਇੱਥੇ ਗਜ਼ਰੇਲਾ ਜੀ ਪਰਫੀ ਸੀ ਜਿਹੜੀ ਉਹ ਬਹੁਤ ਜ਼ਿਆਦਾ ਟੇਸਟੀ ਮੈਨੂੰ ਲੱਗ ਰਹੀ ਸੀ ਬਟ ਘਰੇ ਬਣਿਆ ਹੋਇਆ ਸੀਗਾ ਉਸ ਤੋਂ ਬਾਅਦ ਸਾਰੇ ਇੱਕ ਸਮਾਨ ਦੀ ਕਰਾਈ ਬਿਲਿੰਗ ਬਿਲਿੰਗ ਹੋ ਰਹੀ ਸੀਗੀ ਤੇ ਤਾਜ਼ਾ ਵਿੱਚ ਇੱਥੇ ਵੀ ਸਾਨੂੰ ਦਿਖਾਈ ਨਹੀਂ ਦੇ ਰਹੇ ਸੀ ਕਿਉਂਕਿ ਉਹਨਾਂ ਨੇ ਇੰਨੀ ਮੋਜਾਂ ਲਗੀਆਂ ਹੋਈ ਸੀ ਨਾ ਅੱਜ ਤੇ ਆਪਣਾ ਸਮਾਨ ਉਹ ਇਕੱਠਾ ਕਰ ਰਹੇ ਸੀਗੇ ਉਦੋਂ ਵੀ ਤੇ ਜਿਹੜਾ ਕੁਝ ਮਿਲ ਰਿਹਾ ਸੀ ਨਾ ਉਹ ਆਪਣਾ ਪਿਆਰੇ ਸੀਗੇ ਘਰੇ ਆਪਣਾ ਐਨਾ ਬਿਲ ਬਿਲਿੰਗ ਨਹੀਂ ਹੋਈ ਨਾ ਐਨਾ ਉਹਨਾਂ ਦਾ ਸਮਾਨ ਹੀ ਨਹੀਂ ਮੁੱਕਿਆ ਹੈਗਾ ਤੇ ਬਹੁਤ ਸਾਰਾ ਸਮਾਨ ਜਿਹੜਾ ਸੀਗਾ ਉਹਨਾਂ ਨੇ ਇਕੱਠਾ ਕਰ ਲਿਆ ਤੇ ਉਸ ਤੋਂ ਬਾਅਦ ਫੇਰ ਅਸੀਂ ਲਈਆਂ ਸਮਾਈ ਲੀਆਂ ਤੇ ਤੁਮ ਵੰਸ਼ ਦਾ ਦਿਲ ਕਰ ਰਿਹਾ ਸੀ ਸਮਾਈਲੀ ਲੈਂਦਾ ਇਸ ਲਈ ਮੈਂ ਛੋਟੀ ਪੈਕਿੰਗ ਲਈ ਸੀਗੀ ਹਤੀ ਤੇ ਸਮਾਈਲੀ ਲਈਆਂ ਤੇ ਉਸ ਤੋਂ ਬਾਅਦ ਫਿਰ ਤਾਜ਼ ਲੈ ਆਇਆ ਆਪਣਾ ਆਰਬਿਟ ਦਾ ਡੱਬਾ ਜਿਹੜਾ ਉਹ ਖਾਣ ਦੇ ਲਈ ਤੇ ਉਸ ਤੋਂ ਬਾਅਦ ਫਿਰ ਕਰਵਾਈ ਅਸੀਂ ਬਿਲਿੰਗ ਤੇ ਬਿਲਿੰਗ ਕਰਵਾਉਣ ਤੋਂ ਬਾਅਦ ਸਾਰਾ ਸਮਾਨ ਕੀਤਾ ਆਪਣਾ ਬੋਲਿਥਿੰ ਦੇ ਵਿੱਚ ਪਾਇਆ ਤੇ ਫਿਰ ਗੱਡੀਆਂ ਦੇ ਵਿੱਚ ਰੱਖਿਆ ਤੇ ਤਾਜਵੰਤ ਸ਼ਮਾ ਬਿਠਾਤੇ ਸੀਗੇ ਤੇ ਨਾਲ ਹੀ ਰੱਖਦੇ ਸੀ ਉਹਨਾਂ ਦੇ ਸਮਾਨ ਤੇ ਆਪਣਾ ਸਮਾਨ ਖਤਮੀ ਨਹੀਂ ਹੋ ਰਿਹਾ ਸੀ ਇੰਨਾ ਸਮਾਨ ਹੋ ਗਿਆ ਸੀਗਾ ਜੇ ਲਿਆਉਣ ਦੇ ਲਈ ਤੇ ਉਸ ਤੋਂ ਬਾਅਦ ਸਾਰੀ ਪਿੱਛੇ ਵੱਲ ਸਾਰੀ ਡਿੱਗੀ ਡਿੱਗੀ ਸੀਗੀ ਉਹ ਭਰ ਗਈ ਸੀ ਤੇ ਵੈਸੇ ਤਾਂ ਵਿੱਚ ਨੂੰ ਸੜ ਗੇੜਾ ਲੱਗਦਾ ਰਹਿੰਦਾ ਥੋੜਾ ਥੋੜਾ ਸਮਾਨ ਲਈ ਜਾਂਦੇ ਆ ਤੇ ਹੁਣ ਲੈ ਕੇ ਨਹੀਂ ਆਏ ਸੀਗੇ ਤਾਂ ਕਰਕੇ ਨਾ ਸਮਾਨ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸੀ ਕਿ ਕਰਦਾ ਸਾਰਾ ਰਸ ਨਹੀਂ ਮੁੱਕਿਆ ਹੋਇਆ ਸੀਗਾ ਫਿਰ ਬੈਠ ਗਏ ਸੀ ਬਰਨੀ ਚੀ ਤੇ ਅਸੀਂ ਆ ਗਏ ਸੀਗੇ ਘਰ ਨੂੰ ਤੇ ਘਰ ਆ ਕੇ ਸਾਰਾ ਸਮਾਨ ਸੈਟ ਜਿਹੜਾ ਲਫਾਫਿਆਂ ਦੇ ਵਿੱਚੋਂ ਕੱਢ ਕੇ ਸਾਰਾ ਸੈਟਿੰਗ ਕਰਕੇ ਰੱਖਦੇ ਆ ਤੇ ਤਾਜਮਨ ਵੀ ਆਪਣਾ ਸਮਾਨ ਲੱਗੇ ਹੋਏ ਸੀਗੇ ਇੱਥੇ ਕਰਨ ਦੇ ਲਈ స్టਡੀ ਟੇਬਲ ਦੇ ਵਿੱਚ ਸਾਮ ਕੇ ਰੱਖ ਲਿਆ ਸੀ ਉਸ ਤੋਂ ਬਾਅਦ ਫੇਰ ਆ ਗਿਆ ਸੀਗਾ ਮੇਰਾ ਪਾਰਸਲ ਪਾਰਸਲ ਮੈਂ ਆਪਣਾ ਦਿਖਾਵਾਂਗੀ ਨੈਕਸਟ ਵਾਲੇ ਬਲੌਗ 'ਚ ਤਾਂ ਮਿਲਦੇ ਹਾਂ ਉਹ ਨੈਕਸਟ ਵਾਲੇ ਬਲੌਗਸ ਤੁਹਾਨੂੰ ਮੇਰਾ ਬਲੌਗ ਕਿਵੇਂ ਦਾ ਲੱਗਦਾ ਹੈ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਤੇ ਸ਼ੇਅਰ